ਤੋ ਉਸ ਨਾਲ ਦੀਪਕ ਬੈਠਾ ਸੀਗਾ, ਤਾਂ ਇਹਨਾਂ ਨੂੰ ਜਦੋਂ ਘੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਰੈਂਡਰ ਕਰ ਦਿਉ, ਵਾਰ ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ, ਬਟ ਦੇ ਇੰਸਟਡ ਆਫ ਦੈਟ ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ, 4-5 ਫਾਇਰ ਇਹਨਾਂ ਨੇ ਪੁਲਿਸ ਪਾਰਟੀ ਤੇ ਕੀਤੇ। ਸਰ ਕੱਲ ਆਜ ਰਾਤ ਹੀ ਲਗਾ ਲੋ 12:05 ਪੇ ਕੁਛ ਇੱਕ ਗਾੜੀ ਆਈ, ਉਸਮੇ ਦੋ ਬੰਦੇ ਥੇ, ਉਸਕੇ ਆਗੇ ਦੋ ਗਾੜੀਆਂ ਖੜੀ ਥੀ, ਉਸਕੋ ਲਗਭਗ ਲਗਭਗ 1 ਮਿਨਟ ਲੱਗ ਗਿਆ, ਪਿੱਛੇ ਵਾਲੀ ਗਾੜੀ ਸੇ ਇੱਕ ਲੜਕਾ ਉਤਰ ਕੇ ਆਇਆ, ਉਸਨੇ ਬੈਸਟ ਸਟਾਰਟ ਕਰ ਦੀ ਆਪਣੇ ਓਪਰੇਟਰ ਕੇ ਸਾਥ, ਉਸਕੇ ਬਾਅਦ ਓਪਰੇਟਰ ਨੇ ਬੋਲਾ ਸਰ ਇਸਕੇ ਸਾਥ ਮਤਲਬ ਫਾਸਟੈਗ ਐਕਟਿਵ ਨਹੀਂ ਹੈ, ਆਪ ਦੂਸਰੀ ਲਾਈਨ ਮੇ ਲੈ ਲੀਜੀਏ, ਉਸਨੇ ਬੋਲਾ ਮੈਂ ਮੁਲਾਜ਼ਮ ਹੂੰ ਛੇਤੀ ਕੱਢੋ, ਤੋ ਲੜਕਾ ਬੋਲਾ ਸਰ ਆਪ ਸਾਈਡ ਵਾਲੀ ਲਾਈਨ ਸੇ ਲੈ ਲੋ, ਇਸ ਬਾਤ ਪੇ ਬਹਿਸ ਹੋਈ, ਬਹਿਸ ਵੀ ਜ਼ਿਆਦਾ ਨਹੀਂ ਹੋਈ, ਇਸੀ ਬਾਤ ਪੇ ਲੜਕੇ ਨੇ ਰਿਵੋਲਵਰ ਨਿਕਾਲਾ ਔਰ ਸਿੱਧੀ ਮੇਰੇ ਓਪਰੇਟਰ ਕੀ ਤਰਫ ਚਲਾ ਦੀ, ਵੋ ਭਗਵਾਨ ਕਾ ਸ਼ੁਕਰ ਹੈ ਵੋ ਲੜਕਾ ਬਚ ਗਿਆ, ਨਹੀਂ ਉਸਕੀ ਪੂਰੀ ਮਨਸਾ ਥੀ ਕਿ ਉਸਕੇ ਉੱਪਰ ਹੀ ਚਲਾਣੀ ਹੈ ਗੋਲੀ, ਕਿਤੇ ਡਾਊਨ ਫਾਇਰ ਹੋਏ, ਇੱਕ ਫਾਇਰ ਕੀ ਹੈ ਸਰ, ਦੂਸਰਾ ਕਰਨ ਦੀ ਕੋਸ਼ਿਸ਼ ਕਰੀ, ਆਸ ਪਾਸ ਜੋ ਮੇਰੇ ਮੁਲਾਜ਼ਮ ਥੇ ਉਹਨਾਂ ਨੇ ਉਸਕੋ ਰੋਕ ਦਿਆ, ਮੇਰਾ ਸਰ ਟੋਲ ਕਲੈਕਟਰ ਜੋ ਬੂਥ ਓਪਰੇਟ ਕਰਤਾ ਹੈ ਟੋਲ ਪੇ, ਮੁਲਾਜ਼ਮ ਉਸਨੇ ਬਤਾਇਆ ਨਹੀਂ ਸਰ ਕਿ ਮੈਂ ਮੁਲਾਜ਼ਮ ਹਾਂ ਤੇ ਛੇਤੀ ਮੈਨੂੰ ਕੱਢੋ, ਕੰਪਲੇਂਟ ਮੈਨੇ ਦੇ ਦੀ ਸਰ, ਪੁਲਿਸ ਮੌਕੇ ਤੇ ਪਹੁੰਚ ਗਈ ਸੀ, ਇਹਨਾਂ ਵੱਲੋਂ ਪੂਰੀ ਉਮੀਦ ਹੈ ਵਧੀਆ ਕਾਰਵਾਈ ਕਰਨਗੇ, ਤੇ ਰਿਪੋਰਟ ਮੈਂ ਅਸੀਂ ਲਿਖਾ, ਗੱਡੀ ਸਰ ਪਟਿਆਲੇ ਤੋਂ ਆਈ ਸੀ ਤੇ ਚੰਡੀਗੜ੍ਹ ਵੱਲ ਨੂੰ ਜਾ ਰਹੀ ਸੀ, ਹੁਣ ਸਰ ਲੱਗਦਾ ਤਾਂ ਇਹੀ ਹੈ ਕਿਉਂਕਿ ਸੌਂਪ ਇਨਸਾਨ ਏਦਾਂ ਦਾ ਕੰਮ ਨਹੀਂ ਕਰੂਗਾ, ਹੁਣੇ ਤਾਂ ਨਸ਼ੇ 'ਚ ਮੁੰਡੇ ਹੋ, ਬਾਕੀ ਹੁਣ ਪੁਲਿਸ ਦੇ ਹੱਥ 'ਚ ਜੀ, ਉਮੀਦ ਉਹਨਾਂ ਤੋਂ ਹੀ ਹੈ, ਉਹ ਕਾਰਵਾਈ ਕਰਨਗੇ ਇਹਨਾਂ 'ਤੇ। ਕੋਈ ਸੀਗੇ ਤੇ ਇਨਫੋਰਮੇਸ਼ਨ ਕੀ ਸੀ ਪੁਲਿਸ ਕੋਲ ਸਰ? ਬੇਸਿਕਲੀ ਰਾਤ ਜਿਹੜੇ ਦੋ ਇੰਸੀਡੈਂਟ ਸੈਪਰੇਟ ਫਾਇਰਿੰਗ ਇੰਸੀਡੈਂਟ ਪਟਿਆਲਾ 'ਚ ਰਿਪੋਰਟ ਹੋਏ ਸੀਗੇ ਜੀ, ਡਿਸਟ੍ਰਿਕਟ ਪਟਿਆਲਾ 'ਚ ਟੋਲ ਪਲਾਜ਼ਾ 'ਤੇ ਫਾਇਰਿੰਗ ਹੋਈ ਸੀਗੀ ਅਰਾਊਂਡ 12:30 ਦੇ ਕਰੀਬ ਜੀ, ਜਿਹਦੇ 'ਚ ਦੋ ਇੰਪਲੋਈਜ਼ ਨਾਲ ਝਗੜਾ ਕਰਕੇ ਦੋ ਵਿਅਕਤੀ ਫਾਇਰਿੰਗ ਕਰਕੇ ਕਾਰ 'ਤੇ ਜਾ ਕੇ ਲੈ, ਉਸ ਤੋਂ ਬਾਅਦ ਇੰਸੀਡੈਂਟ ਫਾਇਰਿੰਗ ਦਾ ਰਿਪੋਰਟ ਰਾਜਪੁਰਾ ਵਿੱਚ ਜੀ, ਨਲਾਸ ਰੋਡ 'ਤੇ ਠੇਕਾ ਹੈਗਾ, ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ, ਜਿਹਦੇ 'ਚ ਇੱਕ ਮੁਲਾਜ਼ਮ ਜਿਹੜਾ ਹੈਗਾ ਕਹਿੰਦਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ, ਜਿਹੜਾ ਅਨਫੋਰਚੁਨੇਟਲੀ ਉਹਦੇ ਆਊਟ ਆਫ ਡੇਂਜਰ ਹੈ, ਓਕੇ, ਬਟ ਅੰਡਰ ਟ੍ਰੀਟਮੈਂਟ ਹੈ, ਤੋ ਇਮੀਡੀਏਟਲੀ ਰਿਸਪੋਂਡਿੰਗ ਟੂ ਦੈਟ ਇਨਫੋਰਮੇਸ਼ਨ, ਜਿਹੜੀਆਂ ਦੋਨੋਂ ਇਨਫੋਰਮੇਸ਼ਨ ਆਈਆਂ ਜੀ, ਤਾਂ ਉਹਦੇ ਅਸੀਂ ਵਾਸਤੇ ਅਸੀਂ ਟੀਮਸ ਬਣਾਈਆਂ DSP ਰਾਜਪੁਰਾ ਦੇ ਅੰਡਰ, ਉਹਨਾਂ ਦੀ ਕਮਾਂਡ ਹੇਠ ਜੀ, ਤਾਂ ਉਹ ਰਾਤ ਤੋਂ ਹੀ ਟੀਮਸ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮੁਕੱਦਮੇ ਨੂੰ ਟਰੇਸ ਕਰਨ ਵਾਸਤੇ ਜੀ, ਤੋ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਇਹਨਾਂ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ, ਜਿਹੜੇ ਦੋ ਵਿਅਕਤੀ ਨੇ, ਤਾਂ ਰਿਸਪੋਂਡਿੰਗ ਟੂ ਦੈਟ ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ, ਤਾਂ ਇਹਨਾਂ ਨੇ ਅਪੀਲ ਕੀਤੀ ਟੀਮਸ ਨੇ ਕਿ ਤੁਸੀਂ ਸਰੈਂਡਰ ਕਰੋ, ਬਟ ਇਨਸਟੈਡ ਆਫ ਦੈਟ ਉਹਨਾਂ ਨੇ ਫਾਇਰਿੰਗ ਕੀਤੀ ਟੀਮ 'ਤੇ, ਤੋ ਆਪਣੇ ਬਚਾਅ ਦੇ ਵਿੱਚ ਰਿਸਪੋਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੋਂਡ ਕੀਤਾ, ਤਾਂ ਉਹਨਾਂ ਦੇ ਗਨਸ਼ੋਟ ਇੰਜਰੀਜ਼ ਹੋਈਆਂ, ਉਹ ਅਸੀਂ ਚੈੱਕ ਕਰਾਂਗੇ, ਦੋ ਦੇ ਹੋਈ ਹੈ ਇੱਕ ਦੇ ਹੋਈ ਆ, ਬਾਕੀ ਡਿਟੇਲ ਤੁਹਾਨੂੰ ਉਸ ਦੇ ਅਕੋਰਡਿੰਗਲੀ। ਸਰ ਦੀਪਕ ਹੈ ਜਾਂ ਰਮਨਦੀਪ ਹੈ, ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ, ਇਹਦੇ ਚ ਕਿਹਦੇ ਫਾਇਰਿੰਗ ਹੋਈ? ਦੋ ਵਿਅਕਤੀ ਨੇ, ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆ ਹੈ। ਸਰ ਲੋਕਲਾਈਟਸ ਨੇ ਕਿ ਕਿਤੇ ਬਾਹਰ ਦੇ? ਦੀਪਕ ਜੋ ਇਹ ਜਲੰਧਰ ਏਰੀਆ ਦੇ ਰਹਿਣ ਵਾਲਾ ਹੈਗਾ, ਰਮਨਦੀਪ ਬਠਿੰਡੇ ਦਾ ਹੈਗਾ, ਅਮਰਗੜ੍ਹ ਪਿੰਡ ਹੈਗਾ ਇਹਦਾ,
ਤੋਂ ਆਈਡੈਂਟੀਫਾਈ ਹੋਏ ਆ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅਨਥਕ ਐਫਰਟ ਕਰਦੇ ਹੋਏ ਬਿਲਕੁਲ ਇਹਨੂੰ ਟ੍ਰੇਸ ਕੀਤਾ ਹੈ। ਅਸ਼ਵਨੀ ਸਾਹਿਬ ਇਹ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲੋਂ ਇਲੀਗਲ ਪਿਸਟਲ ਵੀ ਸੀਗੇ ਕਿਹੜੀ ਗੈਂਗ ਤੋਂ ਇਹ ਜਿਹੜੇ ਕਿਹੜੇ ਗੈਂਗਸਟਰ ਦੇ ਜਿਹੜੇ ਨਾਲ ਜੁੜੇ ਹੋਏ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ ਇੱਕ ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਕਰ ਚੁੱਕੇ ਸੀਗੇ ਤਾਂ ਸਾਡੇ ਇਹਦੇ 'ਚ ਦੋ ਮੈਸੇਜ ਨੇ ਬੇਸਿਕਲੀ ਜੋ ਇਹ ਘਟਨਾ ਹੋਈ ਹੈ ਜਾਂ ਇਹ ਸਾਰੇ ਬੰਦੇ ਅਰੈਸਟ ਹੋਏ ਆ ਉਹਦੇ 'ਚ ਸਾਡੇ ਦੋ ਮੈਸੇਜ ਨੇ। ਫਸਟ ਮੈਸੇਜ ਇਜ਼ ਫਾਰ ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਅਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਪਬਲਿਕ। ਸੋ ਸੈਕਿੰਡ ਸਟਰਨ ਵਾਰਨਿੰਗ ਜਾਂ ਮੈਸੇਜ ਹੈਗਾ ਫਾਰ ਕ੍ਰਿਮੀਨਲ ਐਜੈਂਟ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਉਹਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਤੇ ਸਖਤੀ ਨਾਲ ਉਹਦੇ ਤੇ ਰਿਸਪੌਂਡ ਕੀਤਾ ਜਾਊਗਾ। ਪਾਸ ਰਿਕਾਰਡ ਕੁਝ ਰਿਹਾ ਇਹਨਾਂ ਦਾ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਇਨਵੈਸਟੀਗੇਸ਼ਨ ਦੇ ਰਿਹਾ ਸਰ ਰੈਫਰ ਕਿੱਥੇ ਜਾ ਰਿਹਾ ਸਰ ਰੈਫਰ ਕਿੱਥੇ ਜਾ ਰਿਹਾ ਇਹਨਾਂ ਨੂੰ ਇਹ ਹਸਪੀਟਲ ਵਾਲੇ ਬੈਟਰ ਸਰ ਗੋਲੀ ਕਿਹਨੂੰ ਲੱਗੀ ਹੈ ਗੋਲੀ ਦੀਪਕ ਨੂੰ ਲੱਗੀ ਹੈ ਸਰ ਗੋਲੀ ਜੋ ਇਨੀਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋ ਜਾਊਗੀ। ਸਰ ਇੱਕ ਹੋਰ ਸਵਾਲ ਹੈ ਅਹਿਮ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਹਜੇ ਤੱਕ ਜੇ ਗੱਲ ਕਰੀਏ ਆਪਾਂ ਕ੍ਰਿਮੀਨਲ ਬੈਕਗ੍ਰਾਉਂਡ ਰਿਪੋਰਟ ਹੋਈ ਹੈ ਬਟ ਅਲਟੀਮੇਟਲੀ ਉਹਨੂੰ ਵੈਰੀਫਾਈ ਕੀਤਾ ਜਾਵੇਗਾ ਕੰਸਰਨ ਥਾਣਿਆਂ ਨਾਲ ਜਿਹੜੇ ਥਾਣੇ ਨਾਲ ਸੰਬੰਧਿਤ ਨੇ ਉੱਥੋਂ ਪਤਾ ਕੀਤਾ ਜਾਵੇਗਾ ਇਹਨਾਂ ਦੇ ਕਿਹੜੇ ਕਿਹੜੇ ਪਰਚੇ ਜਿਹੜੇ ਪੁਰਾਣੇ ਦਰਜ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਬਠਿੰਡਾ ਤੋਂ ਇੱਕ ਇੱਕ ਜਲੰਧਰ ਤੋਂ ਹੈ ਤੇ ਉੱਥੇ ਵੀ ਕੁਝ ਕ੍ਰਾਸ ਚੈੱਕ ਕੀਤਾ ਜਾ ਰਿਹਾ ਉੱਥੇ ਵੀ ਪਤਾ ਕੀਤਾ ਜਾ ਰਿਹਾ ਕਿ ਉੱਥੇ ਦੇ ਕੋਈ ਇਸ ਤਰੀਕੇ ਨਾਲ ਕੋਈ ਪਾਰਟ ਆਫ ਇਨਵੈਸਟੀਗੇਸ਼ਨ ਡੈਫੀਨਿਟਲੀ ਕੀਤਾ ਜਾਏਗਾ। ਠੀਕ ਹੈ ਤੇ ਬਿਲਕੁਲ ਤੁਸੀਂ ਸੁਣ ਤੇ ਕੌਣ ਨੇ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਸਰ ਬੇਸਿਕਲੀ ਜੀ ਜਿਹੜਾ ਗੈਂਗ ਜਾਂ ਕੋਈ ਇਹਨਾਂ ਦੀ ਕ੍ਰਿਮੀਨਲ ਪਾਸਟ ਰਿਕਾਰਡ ਹੈਗਾ ਉਹ ਅਸੀਂ ਜਿਹੜਾ ਵੈਰੀਫਿਕੇਸ਼ਨ ਦੇ ਅਕੋਰਡਿੰਗਲੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਉਹਨੂੰ ਵੈਰੀਫਾਈ ਕਰਕੇ ਦੱਸ ਪਾਵਾਂਗੇ ਬਟ ਐਜ਼ ਫਾਰ ਐਜ਼ ਦਿਸ ਇਨਸੀਡੈਂਟ ਇਜ਼ ਕੰਸਰਨ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਰਾਤ ਦੋ ਭਿਆਨਕ ਇੰਸੀਡੈਂਟ ਕਰਕੇ ਇਹ ਫਰਾਰ ਹੋਏ ਸੀਗੇ ਇਹਨਾਂ ਦੇ ਪਿੱਛੇ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਟੀਮਸ ਨੂੰ ਟਿਪ ਆਫ ਮਿਲੀ ਕਿ ਇੱਥੇ ਇਹ ਇਹਨਾਂ ਦੀ ਮੂਵਮੈਂਟ ਸ਼ੱਕੀ ਨਜ਼ਰ ਆ ਰਹੀ ਹੈ ਤਾਂ SHO ਸਿਟੀ ਰਾਜਪੁਰਾ ਸਦਰ ਰਾਜਪੁਰਾ ਅਤੇ ਬਨੂੜ ਇਹਨਾਂ ਦੀਆਂ ਟੀਮਾਂ ਨੇ ਇਹਨਾਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਰਮਨਦੀਪ ਜਿਹੜਾ ਗੱਡੀ ਚਲਾ ਰਿਹਾ ਸੀਗਾ ਵੈਨਿਊ ਗੱਡੀ ਜਿੱਥੇ ਰਾਤ ਵੀ ਇਹਨਾਂ ਨੇ ਇੰਸੀਡੈਂਟ ਕੀਤਾ ਇਸੇ ਗੱਡੀ ਤੇ ਇਸੇ ਗੱਡੀ ਤੇ ਵਾਰਦਾਤ ਕੀਤੀ ਸੀ ਤੋ ਉਸ ਨਾਲ ਦੀਪਕ ਬੈਠਾ ਸੀਗਾ ਤਾਂ ਇਹਨਾਂ ਨੂੰ ਜਦੋਂ ਘੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਰੈਂਡਰ ਕਰ ਦਿਓ ਵਾਰ ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ ਬਟ ਦੇ ਇੰਸਟਡ ਆਫ ਦੈਟ ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਚਾਰ ਪੰਜ ਫਾਇਰ ਇਹਨਾਂ ਨੇ ਪੁਲਿਸ ਪਾਰਟੀ ਤੇ ਕੀਤੇ ਜੋ ਇੱਕ ਤਾਂ SHO ਸਦਰ ਰਾਜਪੁਰਾ ਦੀ ਗੱਡੀ ਤੇ ਲੱਗਿਆ ਉਸ ਤੋਂ ਬਾਅਦ ਦੀਪਕ ਲੈਫਟ ਸਾਈਡ ਨੂੰ ਉਤਰ ਕੇ ਕਿੰਨੇ ਫਾਇਰ ਕੀਤੇ ਸੀ ਇਹਨਾਂ ਨੇ ਸਰ ਚਾਰ ਪੰਜ ਫਾਇਰ ਨੇ ਬਾਕੀ ਅਸੀਂ FSR ਟੀਮ ਬੁਲਾਈ ਹੈ ਕ੍ਰਾਈਮ ਸੀਨ ਪ੍ਰਜ਼ਰਵ ਕੀਤਾ ਅਕੋਰਡਿੰਗਲੀ ਉਹ ਸਾਨੂੰ ਜਦੋਂ ਕਲੈਕਸ਼ਨ ਆਫ ਐਵੀਡੈਂਸ ਕਰਾਂਗੇ ਤਾਂ ਉਹਦੇ 'ਚ ਸਾਨੂੰ ਫਰਦਰ ਕਲੈਰੀਫਿਕੇਸ਼ਨ ਹੋਜੇਗੀ ਸਰ ਦੀਪਕ ਫਿਰ ਭੱਜ ਕੇ ਭੱਜਣ ਲੱਗਾ ਲੈਫਟ ਸਾਈਡ ਉਹ ਭੱਜਿਆ ਤਾਂ ਉਸ ਤੋਂ ਬਾਅਦ ਵੀ ਉਹ ਫਾਇਰ ਕਰਦਾ ਰਿਹਾ ਦੈਨ ਰਿਟੈਲੀਏਸ਼ਨ ਫਾਇਰ ਜਦੋਂ ਹੋਇਆ ਪੁਲਿਸ ਵੱਲੋਂ ਤਾਂ ਉਹਦੀ ਲੱਤ ਦੇ ਵਿੱਚ ਫਾਇਰ ਲੱਗਿਆ ਹੈਗਾ ਤਾਂ ਜਿਹੜਾ ਰਮਨਦੀਪ ਆ ਉਹ ਰਾਈਟ ਸਾਈਡ ਉੱਤਰ ਕੇ ਭੱਜਣ ਲੱਗਿਆ ਸੀ ਉਹਨੂੰ ਵੀ ਪਾਰਟੀ ਨੇ ਐਪੀਹੈਂਡ ਕਰ ਲਿਆ ਉਹਦਾ ਰਿਵੋਲਵਰ ਜਿਹੜਾ ਸੀਗਾ ਉਹ ਵੀ ਮਿਲ ਗਿਆ ਹੈਗਾ ਅਤੇ ਦੂਸਰੇ ਬੰਦੇ ਦਾ ਰਿਵੋਲਵਰ ਜਿਹੜਾ ਜ਼ਖਮੀ ਹੈ ਦੀਪਕ ਉਹਦਾ ਵੀ ਉੱਥੇ ਕ੍ਰਾਈਮ ਸੀਨ ਤੇ ਡਿੱਗਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਕਬਜ਼ਾ ਪੁਲਿਸ ਲੈ ਰਹੇ ਹਾਂ। ਰਿਕਵਰ ਕੀ ਹੈ ਸਰ ਰਿਕਵਰ ਕੀ ਕੀ ਹੋਇਆ ਜੀ ਗੱਡੀ ਕਿੱਥੇ ਰਜਿਸਟਰਡ ਕੀਤੀ ਹੈ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਹੋਈ ਹੈ ਨਹੀਂ ਹੋਈ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਬੇਸਿਕਲੀ ਸਾਰਾ ਹਜੇ ਪ੍ਰਾਈਮਾ ਫਸਾਈ ਇਹਦੇ ਬਾਰੇ ਜ਼ਿਆਦਾ ਡਿਟੇਲ 'ਚ ਗੱਲ ਨਹੀਂ ਕੀਤੀ ਜਾ ਸਕਦੀ ਬਟ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਸਾਨੂੰ ਇਹ ਸਾਹਮਣੇ ਆਇਆ ਕਿ ਰਮਨਦੀਪ ਨਾਲ ਇਹ ਗੱਡੀ ਬਿਲੋਂਗ ਕਰਦੀ ਹੈ ਜੋ ਰਮਨਦੀਪ ਅਕਿਊਜ਼ਡ ਹੈਗਾ
ਤਾਂ ਫਰਦਰ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕਿਤੇ ਹੋਰ ਕਿਸੇ ਪਾਸਟ ਇੰਸੀਡੈਂਟ 'ਚ ਗੱਡੀ ਯੂਜ਼ ਹੋਈ ਹੈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਦੱਸਿਆ ਅੱਗੇ CBSNL ਵੀ ਲਿਖਿਆ ਹੋਇਆ ਕੋਈ ਉਹਦੇ ਨਾਲ ਕੋਈ ਲਿੰਕ ਹੈਗਾ ਔਨ ਡਿਊਟੀ CBSNL ਲਿਖਿਆ ਹੋਇਆ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਇਹ ਤੇ ਅਸੀਂ ਕੋਈ ਕਮੈਂਟ ਸਰ ਦੋ ਚੀਜ਼ਾਂ ਦੋ ਵਾਰਦਾਤਾਂ ਹੋਈ ਹੈ ਇੱਕ ਤਾਂ ਟੋਲ ਪਲਾਜ਼ਾ ਤੇ ਇੱਕ ਹੋਇਆ ਹੈ ਠੇਕੇ ਦੇ ਇਹ ਦੋ ਗੱਡੀ ਇਹੀ ਯੂਜ਼ ਹੋਈ ਹੈ ਦੋਵੇਂ ਗੱਡੀ ਸੇਮ ਕਾਰ ਤੇ ਇਹਨਾਂ ਦੀ ਕੋਈ ਮਨਸ਼ਾ ਸੀ ਜਾਂ ਕਿਉਂ ਇਹਨਾਂ ਨੇ ਹੋਜੇ ਤੱਕ ਇਨੀਸ਼ੀਅਲੀ ਕੁਝ ਪਤਾ ਲੱਗ ਪਾਇਆ ਰਾਤ ਨੂੰ ਜਿਹੜਾ ਇਨਸੀਡੈਂਟ ਹੋਇਆ ਪੂਰਾ ਐਕਚੁਅਲੀ ਟੋਲ ਪਲਾਜ਼ਾ ਤੇ ਵੀ ਇਹਨਾਂ ਨੇ ਬਦਮਾਸ਼ੀ ਟਾਈਪ ਕੀਤੀ ਹੈ ਪਹਿਲਾਂ ਤਾਂ ਉੱਥੇ ਬਦਮਾਸ਼ੀ ਕੀਤੀ ਹੈ ਟੋਲ ਪਲਾਜ਼ਾ ਦੇ ਇੰਪਲੋਈਜ਼ ਨੂੰ ਕਾਫੀ ਮਿਸਬਿਹੇਵ ਕੀਤਾ ਤੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਜੋ ਕਰਿੰਦਿਆਂ ਤੋਂ ਪਤਾ ਲੱਗਿਆ ਠੇਕੇ ਦੇ ਉੱਥੇ ਵੀ ਇਹਨਾਂ ਨੇ ਕਾਫੀ ਬਦਮਾਸ਼ੀ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਕੋਈ ਸ਼ਰਾਬ ਦੀ ਡਿਮਾਂਡ ਕੀਤੀ ਦੈਨ ਉੱਥੇ ਜਦੋਂ ਬਹਿਸਬਾਜ਼ੀ ਹੋਈ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਠੇਕਾ ਬੰਦ ਸੀ ਆਲਰੇਡੀ ਜਾਲੀ ਦੇ ਵਿੱਚੋਂ ਇਹਨਾਂ ਨੇ ਫਾਇਰ ਕਰਤਾ ਤਾਂ ਇੱਕ ਦੇ ਜਿਹੜਾ ਹੈਗਾ ਸ਼ੋਲਡਰ ਇੰਜਰਡ ਹੋਇਆ ਤਾਂ ਕਲੀਅਰ ਕੱਟ ਮਤਲਬ ਇਹਨਾਂ ਦਾ ਬਦਮਾਸ਼ੀ ਦਾ ਐਟੀਟਿਊਡ ਸੀਗਾ ਗੈਂਗਸਟਰ ਵੇਸ ਪਹਿਲਾਂ ਤੋਂ ਜਾਣਦੇ ਸੀ ਦੂਜੇ ਲੋਕ ਕਿ ਕਿਸੇ ਗੈਂਗ ਨਾਲ ਐਸੋਸੀਏਟ ਇਸ ਕਰਕੇ ਜਾਣਨ ਸ਼ੁਰੂ ਕਰ ਗਏ ਸੀਗੇ ਪਹਿਲਾਂ ਤੋਂ ਜਾਣਦੇ ਸੀ ਕਿ ਕੋਈ ਵੱਖਰੇ ਵੱਖਰੇ ਸ਼ਹਿਰਾਂ ਦੇ ਨੇ ਮੈਡੀਕਲ ਰਿਪੋਰਟ ਹੀ ਦੱਸ ਸਕਦੀ ਹੈ ਮੈਡੀਕਲ ਜੋ ਇਹਨਾਂ ਦਾ ਹੋਏਗਾ ਰਿਕਵਰੀ ਕੀ ਹੈ ਸਰ ਹੁਣ ਤੱਕ ਦੋ ਵੈਪਨ ਰਿਕਵਰ ਹੋਏ ਆ ਸਰ ਇਹ ਆਏ ਕਿੱਧਰੋਂ ਸੀਗੇ ਸਰ ਕੰਟਰੀ ਮੇਡ ਨੇ ਕਿਹੜੇ ਨੇ ਉਹ ਤੁਹਾਨੂੰ ਦੱਸੋ ਇਹ ਅਸੀਂ ਐਕਚੁਅਲੀ ਤੁਹਾਨੂੰ ਕੰਟਰੀ ਮੇਡ ਹੀ ਹੈ ਬੇਸਿਕਲੀ ਪ੍ਰਾਈਮ ਆਫ ਐਸਆਈ ਬਟ ਫਿਰ ਵੀ ਅਸੀਂ ਇਹਨੂੰ ਚੈੱਕ ਕਰਕੇ ਕਿੱਧਰੋਂ ਆਏ ਜੀ ਇੱਧਰੋਂ ਆਏ ਜੀ ਇੱਧਰੋਂ ਬਨੂੜ ਵੱਲੋਂ ਆਏ ਇਸ ਸਾਈਡ ਤੋਂ ਆ ਰਹੇ ਸੀਗੇ ਜੀ ਮਤਲਬ ਟੁਵਰਡਸ ਇਧਰ ਨੂੰ ਜਾ ਰਹੇ ਸੀ ਬਨੂੜ ਜਾ ਰਹੇ ਸੀ ਠੀਕ ਹੈ ਤੇ ਸਰ ਹੋਰ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਹੋਵੇ ਇਹ ਦੋਵੇਂ ਸੀਗੇ ਜਾਂ ਹੋਰ ਵੀ ਨਾਲ ਕੋਈ ਨੈਕਸਸ ਕੰਮ ਕਰ ਰਿਹਾ ਮੇਰਾ ਇਹਦੇ ਨਾਲ ਹੀ ਜੁੜਿਆ ਕੁਐਸਚਨ ਹੈ ਕਿਉਂਕਿ ਮੋਹਾਲੀ ਤੋਂ ਆ ਰਹੇ ਸੀ ਜਾਣਕਾਰੀ ਮਿਲ ਰਹੀ ਹੈ ਮੋਹਾਲੀ ਕਿਸ ਨੂੰ ਮਿਲ ਗਏ ਸੀਗੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਚ ਮਤਲਬ ਬੜੀ ਅਰਲੀ ਸਟੇਜ ਆਫ ਇਨਵੈਸਟੀਗੇਸ਼ਨ ਆ ਕਿ ਜਿੱਥੇ ਆਪਾਂ ਨੂੰ ਕੋਈ ਕਮੈਂਟ ਕਰ ਪਾਈਏ ਜਦੋਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰਾਂਗਾ ਦੈਨ ਵੀ ਕੈਨ ਜਿਹਦੇ ਪੈਰ 'ਚ ਗੋਲੀ ਵੱਜੀ ਉਹ ਸਟੇਬਲ ਹੈ ਸਰ ਸਟੇਬਲ ਹੈ ਸਟੇਬਲ ਹੈ ਸਟੇਬਲ ਔਰ ਦੂਜਾ ਜਿਹੜਾ ਉਹਦੇ ਤੇ ਗੋਲੀ ਤਾਂ ਨਹੀਂ ਵੱਜੀ ਨਹੀਂ ਨਹੀਂ ਉਹ ਨਹੀਂ ਇੰਜਰ ਹੋਇਆ ਇੱਕ ਹੀ ਗੋਲੀ ਲੱਗੀ ਇੱਕ ਪੈਰ ਤੇ ਗੋਲੀ ਸਰ ਜਿਹੜਾ ਇੰਜਰਡ ਹੋਇਆ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਏਪੀ ਜਨ ਹਸਪੀਟਲ ਲੈ ਕੇ ਜਾਵਾਂਗੇ ਉੱਥੋਂ ਬਾਅਦ ਉਹ ਡਿਸਾਈਡ ਕਰਨਗੇ ਕਿ ਇਹਦੀ ਕੰਡੀਸ਼ਨ ਕਿਹੋ ਜੀ ਹੈ ਕੋਈ ਰੈਫਰ ਕਰ ਦਿਆ ਤਾਂ ਅਲੇ ਹਰੈਸਟ ਲਿੱਤੇ ਹੋਏ ਨੇ ਦੋਨੋਂ ਜੀ ਡੈਫੀਨਿਟਲੀ ਅਕਿਊਜ਼ਡ ਹੈਵ ਬੀਨ ਅਰੈਸਟਡ ਕੁਛ ਇਨਵੈਸਟੀਗੇਸ਼ਨ ਨਿਕਲਿਆ ਹੋਵੇ ਇੱਥੇ ਦੀ ਜਿਹੜੀ ਲੋਕੇਸ਼ਨ ਹੈ ਇੱਥੇ ਸਾਰਾ ਹੋਇਆ ਇੱਥੇ ਪੁਲਿਸ ਨੂੰ ਟਿਪ ਆਫ ਸੀ ਲੇਕਿਨ ਇਸ ਪਾਸੇ ਲੁਕੇ ਹੋਈ ਸੀ ਕਿਸੇ ਕੋਲ ਆਈ ਸੀਗੇ ਹੁਣ ਤੱਕ ਦੀ ਜਾਣਕਾਰੀ ਬੇਸਿਕਲੀ ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਜਿਹੜੀਆਂ ਸਾਰੀਆਂ ਟੀਮਾਂ ਨੇ ਇਸ ਏਰੀਏ ਦੇ ਵਿੱਚ ਇਹਨਾਂ ਦੀ ਮੂਵਮੈਂਟ ਕਾਰ ਤੇ ਮੂਵ ਕਰ ਰਹੇ ਉਹ ਕਿੱਥੇ ਰੁਕੇ ਹੋਏ ਸੀ ਜਾਂ ਕਿੱਥੇ ਇਹਨਾਂ ਦਾ ਹਾਈਡ ਆਊਟ ਸੀਗਾ ਉਹਦੇ ਬਾਰੇ ਅਸੀਂ ਕਰ ਰਹੇ ਸੀ ਸਰ ਕੋਈ ਲੋਕਲ ਇਨਵੋਲਵਮੈਂਟ ਤਾਂ ਨਹੀਂ ਹਜੇ ਤੱਕ ਸਾਹਮਣੇ ਆਈ ਪਟਿਆਲਾ ਏਰੀਆ ਦੀ ਰਾਜਪੁਰਾ ਦੀ ਬਨੂੜ ਮੈਂ ਇਹੀ ਕਹਿ ਰਿਹਾ ਕਿ ਹਲੇ ਬੜੀ ਅਰਲੀ ਸਟੇਜ ਆਫ ਇਨਵੈਸਟੀਗੇਸ਼ਨ ਆ ਕਿ ਆਪਾਂ ਨੂੰ ਡਿਟੇਲ ਦੇ ਵਿੱਚ ਕੋਈ ਕਮੈਂਟ ਕਰ ਪਾਈਏ ਅੱਛਾ ਇੱਕ ਬਹੁਤ ਵੱਡੀ ਸਵਾਲ ਹੈ ਕਿ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਇਹੋ ਜਿਹੀ ਹੋਈ ਹੈ ਇੱਥੇ ਆਪਰੇਸ਼ਨ ਹੋਇਆ ਜਿੱਥੇ ਬਿਲਕੁਲ 600-700 ਮੀਟਰ ਤੇ ਹੀ ਥਾਣਾ ਉੱਥੋਂ ਹੀ ਜਾਣਕਾਰੀ ਕੁਝ ਮਿਲੀ ਸੀ ਉੱਥੋਂ ਹੀ ਟਿਪ ਆਫ ਮਿਲੀ ਸੀਗੀ ਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਸੀਗਾ ਜਾਂ ਇਹ ਮਤਲਬ ਕੋਇਨਸੀਡੈਂਸ ਹੈ ਕਿ ਥਾਣਾ ਨੇੜੇ ਹੀ ਸੀਗਾ ਸਾਡੀਆਂ ਟੀਮਾਂ ਨਾਲ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਰਾਤ ਦੀਆਂ ਇਹਦੇ ਇਹਨਾਂ ਦੇ ਮਗਰ ਸੀ ਕਿਉਂਕਿ ਮੇਜਰ ਇਨਸੀਡੈਂਟ ਸੀਗਾ ਪਟਿਆਲੇ ਦੇ ਦੋ ਮਤਲਬ ਇੰਪੋਰਟੈਂਟ ਜਗ੍ਹਾ ਤੇ ਜਿਹੜੀ ਫਾਇਰਿੰਗ ਹੋਈ ਸੀ ਤਾਂ ਥੋਰਲੀ ਅਸੀਂ ਇਹਨੂੰ ਫੋਲੋ ਕਰ ਰਹੇ ਸੀਗੇ ਟਿਪ ਆਫ ਸੀਗੀ ਉਹ ਅਕੋਰਡਿੰਗਲੀ ਜਿੱਥੇ ਇਹਨੂੰ ਇੰਟਰਸੈਪਟ ਕਰ ਸਕਦੀ ਸੀ ਉੱਥੇ ਇੰਟਰਸੈਪਟ ਕਰ ਦਿੱਤੀ ਕੁਝ ਇਨੀਸ਼ੀਅਲੀ ਕੁਝ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਕਿਸੇ ਵੱਡੇ ਗੈਂਗ ਤੋਂ ਸੰਬੰਧ ਹੋ ਸਕਦਾ ਹੈ ਜਾਂ ਕੋਈ ਨਾਮੀ ਗੈਂਗਸਟਰ ਦੇ ਨਾਲ ਲਿੰਕ ਹੋ ਸਕਦਾ ਹੈ ਇਨੀਸ਼ੀਅਲੀ ਕੁਝ ਗੈਂਗਸਟਰ ਦੇ ਨਾਲ ਸੰਬੰਧ ਡੈਫੀਨਿਟਲੀ ਜਿਸ ਤਰੀਕੇ ਦਾ ਇਹਨਾਂ ਦਾ ਐਕਟ ਹੈਗਾ ਜਿਹੜਾ ਇਹਨਾਂ ਦਾ ਇੰਸੀਡੈਂਟ ਆ ਜੋ ਇਹ ਬਦਮਾਸ਼ੀ ਜਾਂ ਗੈਂਗਸਟਰਿਜ਼ਮ ਨੂੰ ਪ੍ਰਮੋਟ ਕਰਦੇ ਕਰਨ ਵਾਲਾ ਇਹਨਾਂ ਦਾ ਐਕਟ ਸੀਗਾ ਤਾਂ ਅਕੋਰਡਿੰਗਲੀ ਹੋ ਸਕਦਾ ਕਿਸੇ ਇਹਨਾਂ ਦਾ ਸੰਬੰਧ ਹੋਵੇ ਬਟ ਇਹਨੂੰ ਹਲੇ ਫਾਰ ਦੀ ਹਾਲ ਦੀ ਘੜੀ ਇਹਨੂੰ ਕੋਈ ਕਮੈਂਟ ਨਹੀਂ ਸਰ ਡਿਫਰੈਂਟ ਰੂਟ ਲੈ ਕੇ ਆ ਰਹੇ ਸੀ ਜਾਣ ਪੁੱਜ ਕੇ
ਕਿਉਂਕਿ ਜੋ ਕੁਛ ਹੋਇਆ ਸੀ ਰਾਤ ਨੂੰ 12 ਘੰਟੇ ਪਹਿਲਾਂ ਵੀ ਜਿਸ ਤਰ੍ਹਾਂ ਲਿਖਿਆ DGP ਸਾਹਿਬ ਨੇ, ਤਾਂ ਇਹ ਕਾਰਨ ਸੀਗਾ ਯਾਰ ਮੇਨ ਰੂਟ ਤਾਂ ਨਹੀਂ ਲਿਆ ਇਹਨਾਂ ਨੇ ਜਾਣ ਬੁੱਝ ਕੇ, ਕਿ ਇਧਰੋਂ ਆ ਰਹੇ ਸੀ ਕਿਸੇ ਨੂੰ ਮਿਲਣ ਆਏ ਸੀ, ਲੁਕੇ ਹੋ ਸਕਦਾ ਕ੍ਰਿਮੀਨਲ ਐਲੀਮੈਂਟ ਆ ਉਹਦਾ ਮੋਡਸ ਓਪਰੈਂਡੀ ਇਹ ਹੁੰਦਾ ਕਿ ਕੋਈ ਨਾ ਕੋਈ ਜਿਹੜਾ ਬਚਾਅ ਵਾਲਾ ਰੂਟ ਹੈ ਜਿੱਥੇ ਜ਼ਿਆਦਾ ਅਜੇ ਨਹੀਂ ਹੋਈ ਉਹ ਚੂਜ਼ ਕੀਤਾ ਜਾਵੇ, ਉਹ ਅਕੋਰਡਿੰਗਲੀ ਇਹਨਾਂ ਨੇ ਕੀਤਾ ਹੋ ਸਕਦਾ। ਬਾਕੀ ਇੰਟਰੋਗੇਸ਼ਨ ਦੇ ਦੌਰਾਨ ਸਰ ਸਾਢੇ 12 ਵਜੇ ਦੇ ਰਾਤ ਦਾ ਟਾਈਮ ਹੁਣ 3 ਵਜੇ ਦਾ, ਬਹੁਤ ਵੱਡਾ ਟਾਈਮ ਹੈ ਜੀ ਵਿਚਾਲੇ, ਕੀ ਇੱਥੇ ਹੀ ਆ ਗਈ ਉਸ ਤੋਂ ਵਿਚਾਲੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹਨਾਂ ਉੱਤੇ? ਜੀ ਇਹ ਦੇਖੋ ਤੁਸੀਂ ਟਿਫ ਆਫ ਹੈ ਜੀ, ਇੱਥੇ ਅਲਟੀਮੇਟਲੀ ਇੰਸੀਡੈਂਟ ਹੋਇਆ, ਮਤਲਬ 12 ਘੰਟੇ ਦੇ ਘੰਟੇ ਦੇ ਵਿੱਚ ਪੁਲਿਸ ਨੇ ਅਣ ਤੱਕ ਮਿਹਨਤ ਕਰਦੇ ਨੂੰ ਟ੍ਰੇਸ ਕਰ ਲਿਆ, ਰਾਦਰ ਵੀ ਸ਼ੁੱਡ ਐਪਰੀਸ਼ੀਏਟ ਕਿ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਹੈਗਾ, ਇੱਕ ਵੱਡੀ ਘਟਨਾ ਜਿਹੜਾ ਅੰਜਾਮ ਦੇ ਕੇ ਗਏ ਸੀਗੇ, ਐਡੇ ਅਪਰਾਧੀ ਜੋ ਹੋਰ ਵੀ ਵੱਡਾ ਕ੍ਰਾਈਮ ਕਰ ਸਕਦੇ ਸੀ ਉਹਨਾਂ ਨੂੰ ਬੜੀ ਜਲਦੀ ਇਹਨਾਂ ਨੇ ਟੈਸਟ ਕਰਾਇਆ। ਠੀਕ ਹੈ ਸਰ, ਠੀਕ ਹੈ, ਥੈਂਕ ਯੂ। ਤਾਂ ਬਿਲਕੁਲ ਜਿਹੜੇ ਸੀਨੀਅਰ ਆਫੀਸਰ